ਲਓ ਜੀ ਅਸਲਾਮ ਅਲੈਕਮ ਜਨਾਬ ਜੀ ਅਸੀਂ ਜਨਾਬ ਤਾਂਦਲਾ ਮੰਡੀ ਦਾ ਜਨਾਬ ਵਿਜ਼ਿਟ ਕਰ ਰਹੇ ਜੀ ਅਤੇ ਮਾਸ਼ਾਅੱਲਾ ਜਿਹੜੇ ਜਿਹੜੇ ਜਾਨਵਰ ਇੱਥੇ ਆਏ ਜੀ ਅਸੀਂ ਵੀ ਤੁਹਾਡੇ ਨਾਲ ਜਾਨਵਰ ਤੁਹਾਨੂੰ ਦਿਖਾਵਾਂਗੇ ਸ਼ੇਅਰ ਕਰਾਂਗੇ ਕੀਮਤਾਂ ਵੀ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਔਰ ਕੀ ਰੇਟ ਸ਼ੇਟ ਜਾ ਰਹੇ ਨੇ ਇਸ ਹਾਲਾਤ ਦੇ ਵਿੱਚ ਉਹ ਵੀ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਾਂਗੇ ਅਤੇ ਲਓ ਜਨਾਬ ਮਾਸ਼ਾਅੱਲਾ ਸ਼ੁਰੂ ਕਰਨਾ ਜੀ ਵੀਡੀਓ ਇਹ ਛੋਟਾ ਜਿਹੜਾ ਬਸ਼ੇਰਾ ਹੈਗਾ ਜੀ ਇੱਕ ਵੀਰ ਜੀ ਕਿੰਨੇ ਪੈਸੇ ਦਿੰਦੇ ਮੁੱਲ 70,000 70,000 ਕਿੰਨੇ ਮਹੀਨੇ ਦਾ 6 ਮਹੀਨੇ 70,000 ਰੁਪਇਆ ਜੀ ਲਓ ਜੀ ਛੋਟਾ ਇੱਕ ਖੁੱਲ੍ਹਾ ਬਸ਼ੇਰਾ ਜੀ 70,000 ਰੁਪਏ ਦਾ ਇਹ ਵੀਰ ਜੀ ਕਿੰਨੇ ਪੈਸੇ ਦਿੰਦੇ 2,00,000 2,00,000 ਲਓ ਜੀ ਇਹਦਾ 2,00,000 ਰੁਪਇਆ ਜਨਾਬ ਅਤੇ ਆ ਵੀਰ ਹੋਰਾਂ ਦੇ ਵੀਰ ਹੋਰਾਂ ਦੀ ਘੋੜੀ ਹੈ ਅਤੇ ਵੀਰ ਜੀ ਕੋਈ ਫੋਨ ਨੰਬਰ ਹੈਗਾ ਜੀ ਤੁਹਾਡਾ ਦੱਸੋ ਹਾਂਜੀ 75 ਹਾਂਜੀ 31 683 ਅਤੇ ਉਮਰ ਕਿੰਨੀ ਜੀ ਇਹਦੀ 4 ਸਾਲ 4 ਸਾਲ ਲੱਗੀ ਲੁੱਗੀ ਹੋਈ ਕੋਈ ਸੋਨ ਵਾਲੀ ਕਿੰਨੇ ਪੈਸੇ ਵੀਰ ਜੀ ਇਹ ਘੋੜੀ ਦੇ ਡੇਢ ਲੱਖ ਸੋਨ ਵਾਲੀ ਹੈ ਹਾਂਜੀ ਜੀ ਡੇਢ ਲੱਖ ਰੁਪਈਆ 470 ਲਓ ਜੀ ਹੁਸੈਨ ਕੋਲ ਜਨਾਬ ਹੈ ਘੋੜੀ ਹੈਗੀ ਜੀ 1,50,000 ਰੁਪਏ ਦੀ ਇਹ ਜਿਹੜੀ ਹੈ ਇਹ 2,00,000 ਰੁਪਏ ਦੀ ਦੱਸਦਾ ਜੀ ਅਤੇ ਜਨਾਬ ਆਸਤਾ ਆਸਤਾ ਜਿਹੜਾ ਮਾਸ਼ਾਅੱਲਾ ਮੰਡੀ ਦੀਆਂ ਰੌਣਕਾਂ ਜਨਾਬ ਬਹਾਲ ਹੋਣੀਆਂ ਸ਼ੁਰੂ ਹੋ ਗਈਆਂ ਨੇ ਲੋਕ ਆਪਣੇ ਆਪਣੇ ਜਾਨਵਰ ਜਿਹੜੇ ਨੇ ਮੰਡੀ ਲੈ ਕੇ ਆ ਰਹੇ ਨੇ ਅਤੇ ਮਾਸ਼ਾਅੱਲਾ ਰੌਣਕਾਂ ਬਹਾਲ ਜੀ ਅਤੇ ਜਨਾਬ ਮਾਸ਼ਾਅੱਲਾ ਅੱਗੇ ਵਧਦੇ ਹਾਂ ਅਤੇ ਹੋਰ ਤੁਹਾਨੂੰ ਜਾਨਵਰ ਤੁਹਾਨੂੰ ਦਿਖਾਉਂਦੇ ਹਾਂ ਇਹ ਕੁੱਲੀ ਬਸ਼ੇਰੀ ਜਨਾਬ ਖੜ੍ਹੀ ਪਰਲੇ ਪਾਸੇ ਨੁਕਰੀ ਦੇ ਪਰਲੇ ਪਾਸੇ ਲਓ ਜੀ ਅਸੀਂ ਉਹਦੇ ਕੋਲ ਵੀ ਜਾਂਦੇ ਹਾਂ ਅਤੇ ਤੁਹਾਨੂੰ ਕੀਮਤ ਸ਼ੀਮਤ ਦੱਸ ਰਹੇ ਹਾਂ ਕਿ ਕੁੱਲੀ ਬਸ਼ੇਰੀ ਦੀ ਬਸ਼ੇਰੀ ਦੀ ਕੀ ਕੀਮਤ ਹੈ ਆ ਮੇਰਾ ਵਿੱਚ ਵੀਡੀਓ ਦੇ ਹੱਥ ਆ ਜਾਂਦਾ ਯਾਰ ਹੱਥ ਮੇਰਾ ਥੱਕ ਜਾਂਦਾ ਜਿੰਨੀ ਵਜ੍ਹਾ ਨਾਲ ਇਹ ਸ਼ਾਹ ਜੀ ਕਿੰਨੇ ਪੈਸੇ ਨੇ ਲਓ ਜੀ 1,00,000 ਰੁਪਈਆ ਜੀ ਸ਼ਾਹ ਜੀ ਚੈੱਕ ਕਰ ਰਹੇ ਨੇ ਬਸ਼ੇਰੀ ਦਾ ਲਓ ਜੀ ਮਾਸ਼ਾਅੱਲਾ ਜੀ ਕੁੱਲੀ ਬਸ਼ੇਰੀ 1,00,000 ਰੁਪਈਆ ਜਨਾਬ ਇਹਦਾ ਮੰਗਦੇ ਨੇ ਜੇਕਰ 70,000 ਰੁਪਏ ਦੀ ਜਨਾਬ ਮੇਰੇ ਜਾਓ ਤਾਂ ਬਸ਼ੇਰੀ ਚੰਗੀ ਹੈਗੀ ਜੀ ਅਤੇ ਨੰਬਰ ਜਨਾਬ ਅਸੀਂ ਤਾਂ ਸ਼ੇਅਰ ਕਰਨਾ ਜੀ ਨੰਬਰ ਸ਼ਾਇਦ ਉਹ ਦੇਵਣੇ ਨਾ ਅਤੇ ਲਓ ਜਨਾਬ ਸਾਡੇ ਵੀਰ ਉਰੇ ਇੱਕ ਕਾਪੀ ਵੀ ਮਸਜਿਦ ਦੀ ਲੈ ਕੇ ਫਿਰਦੇ ਨੇ ਅਤੇ ਜਨਾਬ ਤੁਸੀਂ ਆਪਣਾ ਨੰਬਰ ਦੱਸੋ ਜੇਕਰ ਕਿਸੇ ਨੂੰ ਚਾਹੀਦਾ ਹੋਵੇਗਾ ਤਾਂ ਤੁਹਾਨੂੰ ਇਨਸ਼ਾਅੱਲਾ ਮਸਜਿਦ ਦਾ ਚੰਦਾ ਭਿਜਵਾਏਗਾ ਦੱਸੋ ਜੀ ਹਾਂ ਜੀ 55 31 ਹਾਂ ਅਤੇ ਮਸਜਿਦ ਵਾਕਿਆ ਬਣਾ ਦੇ ਪੈਸੇ ਅੱਛਾ ਜੀ ਬਿਲਕੁਲ ਠੀਕ ਠੀਕ ਹੋ ਗਿਆ ਜੀ ਅੱਲਾਹ ਤਾਲਾ ਜੋ ਤੁਹਾਨੂੰ ਕਾਮਯਾਬ ਲਓ ਜੀ ਵੀਰ ਜੀ ਕਿੰਨੇ ਪੈਸੇ 1,40,000 ਨੰਬਰ ਦੱਸ ਦੇ 47,60 ਮਾਸ਼ਾਅੱਲਾ ਤੁਸੀਂ ਦੇਖਿਆ ਹੋਗਾ ਮੀਨ ਕੋਲ ਕੁੰਡੀ ਵੀ ਜਾਨਵਰ ਲੈ ਕੇ ਆਉਂਦੇ ਜੀ ਇਹ ਜਾਨਵਰ ਨੂੰ ਲੈਣਗੇ ਜੀ ਖੁਦ ਅਤੇ ਮਾਸ਼ਾਅੱਲਾ ਤੁਸੀਂ ਦੇਖੋ ਇਸ ਚੀਜ਼ ਦਾ ਅੰਦਾਜ਼ਾ ਲਾ ਲਓ ਕਿ ਅਸਲ ਜਾਨਵਰਾਂ ਦੇ ਰੇਟਸ ਵਗੈਰਾ ਕੀ ਨੇ ਅਤੇ ਇਹ ਘੋੜੀ 1,00,000 ਰੁਪਏ ਦੀ ਮੰਗ ਰਿਹਾ ਜੇਕਰ 70-80 ਤੱਕ ਇਹਦੇ ਇਹਦੇ ਵਿੱਚ ਠੀਕ ਹੈ ਅਤੇ ਲਓ ਜਨਾਬ ਇਹ ਜੇ ਤੁਹਾਡੇ ਸਾਹਮਣੇ ਜੀ ਉਮਰ ਤੁਸੀਂ ਚੈੱਕ ਕੀਤਾ ਜੇ ਹੁਣ ਪਚਾ ਜਾਂਦਾ ਜੇ ਉਹਦੇ ਇੱਦਾਂ ਮੁੰਡਾ ਇੱਕ
किन्ने पैसे आ रहे हैं अगे मैं बनाई है मैं नहीं बनाई 90,000 रुपया जी अं थोड़ा जहा टोर खाने अं टोर के उपरों लिया मेरे बने रेड़े रूड़े लगे होया लगे रेड़े नंबर दस आप हाँ 817 उम्र किन्नी हो गई थोड़े 6-7 साल हो गए तेरे को तो 2 साल हो उम्र किन्नी है यानी 5 साल की होगी। चलो।